ਦੋਸਤੋ ਕੀ ਹਾਲ ਚਾਲ ਹੈ ਸਾਰਿਆਂ ਦਾ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਅੱਜ ਦਾ ਸ਼ੂਟ ਫਿਰ ਇੱਕ ਬਹੁਤ ਹੀ ਸਪੈਸ਼ਲ ਟਰੈਕਟਰ ਫਾਰਮ ਟਰੈਕ 60 ਗੁਰੀ ਟਰੈਕਟਰ ਦੇ ਨਾਮ ਤੋਂ ਵੀ ਟਰੈਕਟਰ ਬਹੁਤ ਮਸ਼ਹੂਰ ਹੈ ਤੇ ਬੈਂਸ ਤੇ ਵੀ ਤੇ ਭਾਜੀ ਨੂੰ ਮਿਲਦੇ ਆ ਭਾਜੀ ਦਾ ਟਰੈਕਟਰ ਹੈ ਸਭ ਤੋਂ ਪਹਿਲੇ ਉਸ ਤੋਂ ਪਹਿਲੇ ਫਤਿਹ ਦਿੱਲੀ ਸਾਰਿਆਂ ਨੂੰ ਵਧਾਈਆਂ ਬਹੁਤ-ਬਹੁਤ ਸਾਡੇ ਵੱਲੋਂ ਵੀ ਤੇ ਵੀਰੇ ਕੁਝ ਕਹਿਣਾ ਚਾਹੋਗੇ ਬੱਸ ਜੀ ਦਿੱਲੀ ਦੀਆਂ ਫਤਿਹ ਹੋਣ ਦੀਆਂ ਵਧਾਈਆਂ ਸਾਰਿਆਂ ਨੂੰ ਬਾਕੀ ਭਾਜੀ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਵੀਰ ਮੇਰੇ ਨੇ ਟਰੈਕਟਰ ਸਾਰਾ ਤਿਆਰ ਕਰਾਇਆ ਬਹੁਤ ਹੀ ਘੈਂਟ ਵਾਲਾ ਤੇ ਸਭ ਤੋਂ ਪਹਿਲਾਂ ਟਰੈਕਟਰ ਦੀ ਵੀ ਡਿਟੇਲ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਇੱਕ ਚੀਜ਼ ਦੇਖੀ ਬੈਕਸਾਈਡ ਦਾ ਟਰੈਕਟਰ ਦੀ ਭਾਜੀ ਫੈਨ ਆ ਬੱਬੂ ਮਾਨ ਭਾਜੀ ਦੇ ਓਸਤਾਦ ਜੀ ਲਿਖਾਇਆ ਭਾਜੀ ਨੇ ਨਾਲ ਬੱਬੂ ਮਾਨ ਸਾਹਿਬ ਦੀ ਫੋਟੋ ਲਗਾਈ ਹੈ ਪਿੱਛੇ ਤੇ ਉਹ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਸਾਰੀ ਡਿਟੇਲ ਚ ਗੱਲ ਕਰਾਂਗੇ ਤੇ ਭਾਜੀ ਪੂਰਾ ਫੋਲੋ ਕਰਦੇ ਹੋ ਪੂਰਾ ਜੀ ਪੂਰਾ ਚੱਕ ਕੇ ਹੋਏ ਸਾਰੇ ਜਿੰਨੇ ਯਾਰ ਦੋਸਤ ਹੈ ਨਾ ਸਭ ਬੱਬੂਆਂ ਦੇ ਫੈਨ ਆ ਤੇ ਫਿਰ ਜਿਹੜਾ ਜਿਹੜਾ ਬੱਬੂ ਮਾਨ ਦਾ ਫੈਨ ਹੈ ਨਾ ਤੇ ਲਿਟਰਲੀ ਇਸ ਵੀਡੀਓ ਨੂੰ ਇੰਨਾ ਕੁ ਫੈਲਾ ਦਿਓ ਕਿ ਆਪਾਂ ਭਾਜੀ ਨੂੰ ਬਬੂ ਮੈਂ ਤਾਂ ਕਹੇ ਵੀਡੀਓ ਪਹੁੰਚ ਜਵੇ ਕਿ ਭਾਜੀ ਫੈਨ ਨੇ ਜਰੂਰ ਜਰੂਰ ਇਹ ਸਾਰੇ ਆਪਣੇ ਹੱਥ ਹੈ ਤੇ ਆਪਾਂ ਸ਼ੇਅਰ ਕਰਨੀ ਹੈ ਵੀਡੀਓ ਨੂੰ ਤੇ ਵੀਡੀਓ ਨੂੰ ਦੁਹੜਾਣਾ ਪੂਰਾ ਤੇ ਆਓ ਫਰੰਟ ਸਾਈਡ ਤੋਂ ਸਟਾਰਟ ਕਰਦੇ ਆਂ ਸਭ ਤੋਂ ਪਹਿਲੇ ਤਾਂ ਯਾਰ ਬੰਪਰ ਚੈੱਕ ਕਰ ਸਕਦੇ ਆਂ ਇਦਾਂ ਦੇ ਬੰਪਰ ਲੱਗਾ ਮੈਂ ਕਦੀ ਵੀ ਅਜੇ ਤੱਕ ਨਹੀਂ ਦੇਖਿਆ ਭਾਜੀ ਇਹ ਫਰਸਟ ਟਰੈਕਟਰ ਹੈ ਇਨ ਪੰਜਾਬ ਕਹਿ ਦਵਾ ਮੈਂ ਜਾਂ ਇਨ ਇੰਡੀਆ ਕਹਿ ਦਵਾ ਜਿਹਨੂੰ ਇੱਕ ਇਹਦੇ ਨਾਲ ਦਾ ਬੰਪਰ ਲੱਗਾ ਮੈਂ ਅਜੇ ਤੱਕ ਨਹੀਂ ਦੇਖਿਆ ਪਰ ਇਹਦਾ ਬਣਾਉਣ ਦਾ ਕੀ ਆਈਡੀਆ ਆਇਆ ਤੇ ਆਪਾਂ ਕਿਦਾਂ ਇਹਨੂੰ ਕੀਤਾ ਪਹਿਲਾਂ ਵੀਰੇ ਥੋੜਾ ਜਿਹਾ ਨੇੜੇ ਆ ਕੇ ਦਿਖਾਣ ਲਈ ਨਾਨਲ ਆਪਾਂ ਦਿਖਾਣੇ ਵੀ ਆ ਤੁਹਾਨੂੰ ਵੀਰੇ ਕਿਦਾਂ ਆਈਡੀਆ ਆਇਆ ਥੋੜਾ ਜਿਆ ਦੱਸੋ ਤੁਹਾਨੂੰ ਪਹਿਲੇ ਅਸੀਂ ਸਿੰਪਲ ਬੰਪਰ ਕੀਤਾ ਹੋਇਆ ਸੀ ਪੱਤੀ ਵਾਲਾ ਅੱਛਾ ਜੀ ਤੇ ਉਸ ਤੋਂ ਬਾਅਦ ਅਸੀਂ ਇੱਕ ਦਿਨ ਬੈਠੇ ਜੀ ਕਿ ਬੰਪਰ ਚੇਂਜ ਕਰਨਾ ਆ ਓਕੇ ਜੀ ਤੇ ਉਦੋਂ ਸਾਡੇ ਵੀਰ ਨੇ ਕਿਹਾ ਕਿ ਹਾਂ ਭਾਜੀ ਬੰਪਰ ਚੇਂਜ ਕਰਨਾ ਵੀ ਕਿੱਦਾਂ ਕਰੀਏ ਫੇ ਸਾਡੇ ਭਾਜੀ ਹੋਣੀ ਐ ਉਹਨਾਂ ਨੇ ਫੇ ਆਈਡੀਆ ਲਾਇਆ ਕਿ ਹਾਂ ਅਸੀਂ ਨਵੇਂ ਤਰੀਕੇ ਨਾਲ ਕਿਸੇ ਨਾਲ ਬੰਪਰ ਚੇਂਜ ਕਰਨਾ ਆ ਔਰ ਬੰਪਰ ਪੂਰਾ ਸੋਲਿਡ ਐ ਔਰ ਬੰਪਰ ਜਿਹੜਾ ਆ ਪੂਰਾ ਸੋਲਿਡ ਆ ਤੁਸੀਂ ਚੈੱਕ ਕਰ ਸਕਦੇ ਹੋ ਇਹ ਨਹੀਂ ਹੈ ਕਿ ਖੋਖਲਾ ਬੰਪਰ ਬਣਾਇਆ ਗਿਆ ਪੂਰਾ ਸੋਲਿਡ ਆ ਔਰ ਪੂਰਾ ਬਲਕੀ ਹੈਵੀ ਲੁੱਕ ਦੇ ਵਿੱਚ ਆ ਉਸ ਤੋਂ ਬਾਅਦ ਭਾਜੀ ਥਾਰ ਟਾਈਪ ਆ ਬੰਪਰ ਕੱਢ ਦਿੱਤਾ ਹਾਂਜੀ ਵੀ ਇਹ ਥਾਰ ਪੁਰਾਣੀਆਂ ਨੂੰ ਜਦੋਂ ਮੋਡੀਫਾਈ ਕਰੀਦਾ ਸੀ ਨਾ ਤੇ ਫਰੰਟ ਸਾਈਡ ਤੇ ਇੰਨਾ ਵੱਡਾ ਬੰਪਰ ਰੱਖ ਦਿੰਦੇ ਸੀਗੇ ਜਿਹਦੇ ਨਾਲ ਆਫ ਰੋਡਿੰਗ ਲਈ ਵਧੀਆ ਰਹਿੰਦਾ ਸੀਗਾ ਤੇ ਭਾਜੀ ਨੇ ਟਰੈਕਟਰ ਨੂੰ ਮਤਲਬ ਆਫ ਰੋਡਿੰਗ ਟਰੈਕਟਰ ਬਣਾਤਾ ਨੂੰ ਮੈਂ ਕੀ ਨਾਮ ਦਵਾਂ ਮਤਲਬ ਬਹੁਤ ਹੀ ਸਪੈਸ਼ਲ ਤੇ ਬਹੁਤ ਹੀ ਵਧੀਆ ਲੱਗ ਰਿਹਾ ਹੈ ਜਦੋਂ ਫਰੰਟ ਸਾਈਡ ਤੋਂ ਚੱਲਦਾ ਆਉਂਦਾ ਉਸ ਤੋਂ ਬਾਅਦ ਲਾਈਟਸ ਨਾਲ ਦੀਆਂ ਰੱਖੀਆਂ ਨੇ ਭਾਜੀ ਨੇ ਫਾਰਮ ਟਰੈਕ ਵਾਲੀਆਂ ਜਿਹੜੀਆਂ ਨਾਲ ਆਉਂਦੀਆਂ ਨੇ ਇਹ ਲਾਈਟ ਜੀ ਸੋਹਣੀਆਂ ਆ ਗਈਆਂ ਆਪਣੇ ਆਪ 'ਚ ਹਾਂਜੀ ਹਾਂਜੀ LED ਵਾਲੀਆਂ ਲਾਈਟਸ ਆ ਗਈਆਂ ਲਾਈਟਰ ਨੂੰ ਚੇਨ ਕਰਾਂ ਦੀ ਲੋੜ ਹੀ ਨਹੀਂ ਇਹ ਸੋਹਣੀਆਂ ਬਹੁਤ ਲੱਗਦੀਆਂ ਉਸ ਤੋਂ ਬਾਅਦ ਭਾਜੀ ਨੇ ਟਾਇਰ ਕੀਤੇ ਆ ਲਾਈਨਸ ਦੇ ਅਗਲੇ ਵੀ ਤੇ ਪਿਛਲੇ ਵੀ ਟਾਇਰ ਬਾਰੇ ਮੈਂ ਤੁਹਾਨੂੰ ਥੋੜੀ ਜੀ ਨੌਲੇਜ ਦੇਣਾ ਚਾਹਨਾ 2016 ਦੇ ਭਾਜੀ ਨੇ ਟਾਇਰ ਪਾਏ ਆ ਲਾਈਨਸ ਕੰਪਨੀ ਦੇ ਤੇ ਟਰੈਕਟਰ ਗੱਡੀ ਸਿੰਪਲ ਦੇ ਵਿੱਚ ਜਿੱਦਾਂ ਕਿ ਆਮ ਨਾਰਮਲ ਹੁੰਦਾ ਪਰ ਟਾਇਰ ਉੱਚਾ ਕਰਾ ਲਿੱਤਾ ਉਸ ਤੋਂ ਬਾਅਦ ਬੈਕ ਸਾਈਡ ਤੇ ਮੈਂ ਜਾਵਾਂ ਤੇ ਭਾਜੀ ਨੇ ਲਾਈਨਸ ਕੰਪ ਤੇ ਭਾਜੀ ਇਹ ਟਾਇਰਾਂ ਦੇ ਖਰਚੇ ਦੀ ਗੱਲ ਕਰਾਂ ਤਾਂ ਕਿੰਨੇ ਪੈਸੇ ਲੱਗੇ 116 ਦੇ ਅੱਗੇ ਤੁਸੀਂ ਉੱਚੇ ਕਰਾ ਲਏ ਪਿੱਛੋਂ ਵੀ ਉੱਚੇ ਉੱਚੇ ਕਰਾ ਲਏ ਰੇਡੀਅਲ ਪਾ ਕੇ ਹਾਂਜੀ ਤੇ ਵੀਰੇ ਇਹਨਾਂ ਦਾ ਖਰਚਾ ਤਕਰੀਬਨ ਅੱਗੇ ਪਿੱਛੇ 14 ਟਾਇਰਾਂ ਦਾ 70000 ਰੁਪਏ ਖਰਚ ਆ ਗਿਆ ਚਾਲਾ ਟਾਇਰਾਂ ਦਾ ਹਾਂਜੀ ਭਾਜੀ ਉੱਚੇ ਕਰਾਂ ਦੀ ਬਾਅਦ ਚ ਪੁਆਏ ਅੱਛਾ ਡਰਮ ਲੱਗ ਪਾਏ ਤੇ ਭਾਜੀ ਉੱਚੇ ਕਰਾਣ ਦਾ ਮਤਲਬ ਕੀ ਖਾਸ ਵਜ੍ਹਾ ਕੀ ਮੈਂ ਕੀ ਸਮਝ ਸਕਦਾ ਹਨ ਵਿੱਚ ਭਾਜੀ ਇੱਕ ਤਾਂ ਉੱਚੇ ਕਰਾਣ ਦਾ ਨਹੀਂ ਹੈਗਾ ਤੇ ਇੱਕ ਟਾਇਰ ਆਂਦੀ ਹੈ 10 ਨੰਬਰ ਹੈ ਜਦੋਂ ਸਟਾਰਟਿੰਗ ਆਂਦੀ ਤਾਂ 7 ਨੰਬਰ ਚ ਆਂਦੀ ਰਹਾ ਅੱਛਾ ਜੀ ਇਹ 1 ਕਿਉਂਕਿ ਅੱਜ ਕੱਲ ਮੈਂ ਦੇਖੇ ਬਹੁਤ ਜਣਿਆਂ ਨੇ ਜਿੱਦਾਂ ਵੀ ਬਹੁਤ ਚ ਬੜੇ ਬੜੇ ਟਾਇਰ ਪਾ ਲੰਦੇ ਆ ਪਰ ਉਹਨਾਂ ਨਾਲ ਫੇਰ ਖੇਤੀ ਕਰਨੀ ਬਹੁਕੀ ਹੋ ਜਾਂਦੀ ਹੈ ਇਸ ਕਰਕੇ ਸਾਨੂੰ ਸ਼ੌਂਕਲੇ ਵੀ ਵਧੀਆ ਇਹ ਸ਼ੌਂਕਲੇ ਵੀ ਚੋੜੇ ਵੀ ਹੋ ਗਏ ਥੋੜੇ ਜੇ ਤੇ ਖੇਤੀ ਲਈ ਤੇ ਖੇਤੀ ਲਈ ਵੀ ਵਧੀਆ ਥੋੜੇ ਜੇ ਟਾਇਰ ਉੱਚੇ ਵੀ ਹੋ ਜਾਂਦੇ ਆ ਔਰ ਚੋੜੇ ਵੀ ਹੋ ਜਾਂਦੇ ਆ 1016 ਤੇ 1016 ਕਹਿ ਦਿੰਦੇ ਆ ਤੇ ਟਾਇਰ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਮਤਲਬ ਕੰਪਨੀ ਵੀ ਟਾਪ ਦੀ ਹੈ ਐਲਾਈਨਸ ਕੰਪਨੀ ਯੋਕੋਹਮਾ ਦਾ ਬ੍ਰਾਂਡ ਆ ਬਹੁਤ ਅੱਛੀ ਕੰਪਨੀ ਹੈ ਯਾਰ ਮजेदार ਹੈ ਤੇ ਫਾਰਮ ਟਰੈਕ 60 ਦੀ ਵੀਡੀਓ ਤੁਸੀਂ ਦੇਖ ਰਹੇ ਹੋ ਤੇ ਆਪਾਂ ਸਾਰਾ ਸਿਸਟਮ ਸਾਰੀ ਗੱਲਾਂ ਬਾਤ ਕਰਦੇ ਆਂ ਪਹਿਲੇ ਚੱਲਦੇ ਆਂ ਸਿੱਧਾ ਬੈਕ ਸਾਈਡ ਵੱਲ ਕਿਉਂਕਿ 6 ਸਬੂਫਰ ਵੀ ਲੱਗੇ ਆ ਇਹਨੂੰ 6 ਸਬੂਫਰ ਲੱਗੇ ਆ ਤਾਂ ਲੋ ਜੀ ਬੱਬੂ ਮਾਨ ਉਸਤਾਦ ਜੀ ਤੇ ਗਿਲਕਾਰ ਰੋੜੀਓ ਤਾਂ ਤਿਆਰ ਹੋਇਆ ਭਾਜੀ ਟਰੈਕਟਰ ਆਪਣਾ ਤੇ ਬੱਬੂ ਮਾਨ ਜੀ ਦੇ ਫੈਨ ਭਾਜੀ ਹਾਂ ਹਾਂਜੀ ਹਾਂਜੀ ਚੱਕਵੇਂ ਤੇ ਉਸ ਤੋਂ ਬਾਅਦ ਖਾਨਾ ਤੁਹਾਨੂੰ ਮੈਂ ਸਿਸਟਮ ਬਾਰੇ ਉਸ ਤੋਂ ਪਹਿਲੇ ਭਾਜੀ ਬੈਕ ਸਾਈਡ ਤੇ ਵੀ ਐਲਈਡੀ ਐਲਈਡੀ ਲਾਈਟਸ ਲਗਾਈਆਂ ਦੋ ਤੇ ਰਾਤ ਵੇਲੇ ਭਾਜੀ ਫਿਰ ਪਿੱਛੋਂ ਪੂਰਾ ਐਨ ਪੂਰਾ ਜੀ ਪੂਰਾ ਚਾਨਣ ਹੁੰਦਾ ਚ ਤੇ ਆਪਾਂ ਉਸ ਤੋਂ ਬਾਅਦ ਗੱਲ ਕਰਦੇ ਹਾਂ ਸਬੂਫਰ ਦੇਖ ਸਕਦੇ ਹੋ ਪਾਇਨੀਅਰ ਚੈਂਪੀਅਨ ਸੀਰੀਜ਼ ਦੇ ਦੋ ਸਬੂਫਰ ਇਹ ਲੱਗੇ ਆ ਫਰੰਟ ਸਾਈਡ ਤੇ ਮੈਂ ਜਾਣਾ ਜਣਾ ਫਰੰਟ ਸਾਈਡ ਤੇ ਤੁਹਾਨੂੰ ਦਿਖਾਣਾ ਤੇ ਚਾਰ ਫਰੰਟ ਸਾਈਡ ਤੇ ਲੱਗੇ ਆ ਦੋ ਤੇ ਚਾਰ 6 ਸਬੂਫਰ ਹੋ ਗਏ ਚਾਰ ਹੋ ਗਏ ਪਾਇਨੀਅਰ ਦੇ ਓਵਲ ਇਹ ਸੀਗੀ 뮤직 ਸਿਸਟਮ ਚ ਅਪਡੇਟ ਉਸ ਤੋਂ ਬਾਅਦ ਤੁਹਾਨੂੰ ਮੈਂ ਦਿਖਾਣਾ ਚਾਹਨਾ ਡਾਊਨ ਸੀਲਿੰਗ ਡਾਊਨ ਸੀਲਿੰਗ ਦਾ ਕੰਮ ਵੀ ਬਹੁਤ ਹੀ ਨੀਟ ਐਂਡ ਕਲੀਨ ਤੇ ਬਹੁਤ ਹੀ ਸੋਹਣਾ ਹੋਇਆ ਭਾਜੀ ਆਪਾਂ ਜੇ ਖਰਚੇ ਦੀ ਗੱਲ ਕਰੀਏ ਸਿਸਟਮ ਤੇ ਕਿੰਨੇ ਪੈਸੇ ਲੱਗੇ ਆਪਣੇ ਅਜੀ ਸਾਡਾ ਵਿੱਚੇ ਕੰਪਲੀਟ ਕਰਕੇ ਵਿੱਚੇ ਸਿਸਟਮ ਦਾ ਤੇ ਵਿੱਚੇ ਡਾਊਨ ਸਿਲਿੰਗ ਦਾ ਕੰਪਲੀਟ ਕਰਕੇ 1,30,000 ਰੁਪਏ ਖਰਚ ਆ ਗਿਆ। ਉਹ ਸਾਰਾ ਕੰਮ ਕੰਪਲੀਟ ਸਾਰਾ ਕੰਪਲੀਟ। 4 ਸਬੂਫਰ ਤੇ 6 ਸਬੂਫਰ, 4 ਓਵਲ ਤੇ ਡਾਊਨ ਸਿਲਿੰਗ ਦਾ ਕੰਮ। ਫਾਈਬਰ ਰੂਟ ਸੀਗੀ ਤੁਹਾਡੇ ਕੋ? ਹਾਂਜੀ ਉਹ। ਫਾਈਬਰ ਰੂਟ ਤੁਹਾਡੀ ਸੀ? ਨਹੀਂ ਨਹੀਂ। ਉਹ ਵੀ ਫਾਈਬਰ ਰੂਟ ਵੀ ਵਿੱਚ ਹੀ। ਹਾਂਜੀ। ਸਾਰਾ ਵਿੱਚ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਮੈਂ ਐਂਪ ਦੀ ਖਾਨਾ ਚਾਹਨਾ ਚਾਹੁੰਦਾ ਕਿ ਇੰਨਾ ਹੈਵੀ ਸਾਊਂਡ ਸਿਸਟਮ ਜਿਹੜਾ ਰਨ ਹੋ ਰਿਹਾ ਉਹ ਰਨ ਹੋ ਰਿਹਾ ਇਹਦੇ ਤੇ ਲੱਗੇ ਤੁਸੀਂ ਚੈੱਕ ਕਰ ਸਕਦੇ ਹੋ ਸ਼ਿਕਾਗੋ ਦੇ 1 2 3 ਮੋਨੋ ਤੇ ਇੱਕ ਲੱਗੀ ਐ ਸਾਊਂਡ ਬੈਰੀਅਰ ਦੀ ਵੀਵਰ ਹਾਂਜੀ 4 ਚੈਨਲ ਐਮ ਹਾਂਜੀ ਤੇ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਹੀ ਅੱਛੀ ਜਗ੍ਹਾ ਤੇ ਪਲੇਸਮੈਂਟ ਦਿੱਤੀ ਆ ਕੋਈ ਪਾਣੀ ਪੁਣੀ ਪੈਣ ਦਾ ਚੱਕਰ ਨਹੀਂ ਤੇ ਲਾਈਟ ਸੈਂਡਰ ਲੱਗਿਆ ਨੇ ਹੁਣ ਡੇ ਦਾ ਟਾਈਮ ਐ ਤੁਹਾਨੂੰ ਬ੍ਰਾਈਟਨੈਸਰ ਨੀ ਨਜ਼ਰ ਨਹੀਂ ਆਊਗੀ ਤੇ ਆਪਾਂ ਰਾਤ ਦਾ ਛੋਟ ਜਿਹਾ ਮਿਲਿਆ ਤਾਂ ਮੈਂ ਜ਼ਰੂਰ ਐਡ ਕਰੂੰਗਾ ਤੇ ਲੋ ਜੀ ਚੱਕ ਦਿਓ ਫਿਰ ਬੱਬੂ ਮਾਨ ਦੇ ਫੈਨ ਤਾਂ ਚੱਕ ਹੀ ਦੋ ਨਾ ਇਸ ਵੀਡੀਓ ਨੂੰ ਯਾਰ ਆਪਾਂ ਪਹੁੰਚਾਉਣਾ ਵਾ ਅੱਗੇ ਤੱਕ ਵੀਡੀਓ ਨੂੰ ਤੇ ਉਸ ਤੋਂ ਬਾਅਦ ਅਗਲੀ ਗੱਲ ਆਪਾਂ ਕਰਦੇ ਆ ਯਾਰ ਕਿ ਮੈਂ ਦੇਖ ਸਕਦਾ ਵਾਂ ਇਹਦੇ ਚ ਅਲਟੀਨੇਟਰ ਵੀ ਚੇਂਜ ਹੋਇਆ ਭਾਜੀ ਤੇ ਭਾਜੀ ਇਹ ਵੀ ਸਾਰਾ ਖਰਚਾ ਵਿੱਚ ਹੀ ਸੀਗਾ ਨਹੀਂ ਨਹੀਂ ਇਹ ਸਾਡਾ ਆਪਣਾ ਸੀ ਇਹ ਕਿੰਨੇ ਪੈਸੇ ਲੱਗੇ ਆ ਇਹ ਵੀਰੇ 90 एंपੀਰ ਦਾ ਆ ਗਿਆ ਸੀ ਸਾਨੂੰ 7000 ਦਾ ਮਿਲਿਆ ਸੀ 90 एंपੀਰ ਸਹੀ 6 ਬੂਫਰ ਰਨ ਹੋਰ ਕੇ ਬੈਟਰੀ ਚਾਰਜ ਹੋ ਜਾਂਦੀ ਪੂਰੀ ਬੈਟਰੀ ਇੱਕੋ ਹੀ ਰੱਖੀ ਆ ਇੱਕੋ ਹੀ ਬੈਟਰੀ ਤੇ ਭਾਜੀ ਹੋਰ ਕੁਝ ਇੰਜਨ 'ਚ ਛੇੜਖਾਨੀ ਆ ਕੋਈ ਗੱਲਬਾਤ ਹੋਰ ਕੋਈ ਟਰੈਕਟਰ 'ਚ ਮੋਡੀਫਿਕੇਸ਼ਨ ਹੋਣ ਟਰਬੋ ਲੱਗਿਆ ਯੈਸ ਤੇ ਟਰਬੋ ਭਾਜੀ ਆਪਾਂ ਦਿਖਾਈਏ ਇੱਕ ਵਾਰੀ ਮਾੜਾ ਜਿਹਾ ਆਪਾਂ ਜਰੂਰ ਤੁਹਾਨੂੰ ਪੂਰੀ ਚੀਜ਼ ਨਾਲ-ਨਾਲ ਦਿਖਾਵਾਂਗੇ ਵੀ ਜੋ ਕੁਝ ਲੱਗਾ ਟਰੈਕਟਰ ਦੇ ਵਿੱਚ ਕੋਈ ਵੀ ਚੀਜ਼ ਇੱਦਾਂ ਦੀ ਨਹੀਂ ਜਿਹੜੀ ਮਿਸ ਤੇ ਚੈੱਕ ਕਰ ਸਕਦੇ ਹੋ ਟਰਬੋ ਤੁਸੀਂ ਪਰ ਹੀ ਇਹਦੇ ਨਾਲ ਕੀ ਫਰਕ ਪੈਂਦਾ ਟਰੈਕਟਰ ਨੂੰ ਇਹਦੇ ਦਾ ਹਾਊਸ ਪਾਵਰ ਵੱਜ ਜਾਂਦੀ ਹੈ ਹਾਰਸ ਹਾਰਸ ਪਾਵਰ ਵੱਜ ਜਾਂਦੀ ਹੈ ਤੇ ਭਾਜੀ ਫਿਰ ਪੰਜੰਜ ਪੂਰਾ ਪੂਰਾ ਜੀ ਪੂਰਾ ਦਮਖੰਮ ਪੂਰਾ ਰੱਖ ਜਾਂਦਾ ਪੂਰਾ ਜੀ ਪੂਰਾ 5500 ਵੱਜ ਜਾਂਦੀ ਦੀ 5 ਹਾਰਸ ਪਾਵਰ ਵੱਜ ਜਾਂਦੀ ਹੈ ਤੇ ਵਧੀਆ ਕੰਮ ਹੈ ਯਾਰ ਪੂਰਾ ਐਨ ਠੋਕੇ ਭਾਈ ਨੇ ਤਿਆਰ ਕੀਤਾ ਟਰੈਕਟਰ ਮੈਨੂੰ ਆਇਆ ਪਸੰਦ ਤੁਹਾਨੂੰ ਕਿੱਦਾਂ ਦਾ ਲੱਗਾ ਜਰੂਰ ਦੱਸਿਓ ਤੇ ਇੰਸਟਾਗ੍ਰਾਮ ਆਈਡੀ ਨੂੰ ਫੋਲੋ ਕਰਨਾ ਨਾ ਭੁੱਲਣਾ ਮੋਡੀਫਾਈਡ ਅੰਡਰਸਕੋਰ ਕਲਬ 2020 ਨੂੰ ਜਰੂਰ ਜਾ ਕੇ ਫੋਲੋ ਕਰ ਲਿਓ ਕਿਉਂਕਿ ਟਰੈਕਟਰ ਦੀਆਂ ਪਿਕਸ ਤੇ ਪੰਜਾਬੀ ਗਾਣਾ ਤੁਹਾਨੂੰ ਉੱਥੇ ਹੀ ਸੁਣਨ ਨੂੰ ਮਿਲੇਗਾ ਤੇ ਇੱਥੇ ਸੁਣਾਵਾਂਗੇ ਤੁਹਾਨੂੰ ਐਨਸੀਐਸ ਦਾ 뮤직 ਤੇ ਤੁਸੀਂ ਇੰਜੋਏ ਕਰਿਓ ਹੁਣ ਮਿਊਜ਼ਿਕ ਸਿਸਟਮ ਦੇਖੋ ਬੜਾ ਇਤਮਾਲ ਵਾਲਾ ਵਾ ਤੇ ਬਹੁਤ ਹੀ ਜ਼ਬਰਦਸਤ ਹੈ ਤੇ ਆਪਾਂ ਇੱਕ ਵਾਰੀ ਖਰਚਾ ਦੇ ਭਾਈਓ ਇੱਕ ਪੁੱਛਣਾ ਰਹਿ ਗਿਆ ਸਾਡੇ ਬੰਪਰ ਦਾ ਭਾਈ ਬੰਪਰਸ ਤੇ ਕਿੰਨੇ ਪੈਸੇ ਲੱਗੇ ਸੀਗੇ ਆਪਣੇ ਬੰਪਰ ਤੇ ਭਜੀ 20,000 ਰੁਪਿਆ ਖਰਚਾ ਆ ਗਿਆ ਸਾਡਾ 20,000 ਰੁਪਿਆ ਦਾ ਖਰਚਾ ਆ ਗਿਆ ਟੋਟਲ ਤੇ ਭਾਈ ਆਪਾਂ ਬੱਕਿਆਂ ਨਾਲ ਵੀ ਮਿਲਾਨੇ ਆ ਭਜੀ ਦੀ ਮੋਟਰ ਤੇ ਅੱਜ ਅਸੀਂ ਖੜੇ ਆ ਤੇ ਇਹ ਮੇਰੇ ਵੀਰ ਨੇ ਜਿਨ੍ਹਾਂ ਦੇ ਨਾਲ ਮਿਲ ਤੇ ਵੀਰੇ ਆਪਣਾ ਮਨਜਿੰਦਰ ਜੀ ਤੇ ਉਹ ਭਾਜੀ ਦੇਖ ਭੱਜੀ ਜਾਂਦਾ ਕੋਈ ਚੱਕਰ ਨਹੀਂ ਵੀਰੇ ਤੂੰ ਨਹੀਂ ਮਿਲਣਾ ਸਾਡੀ ਆਡੀਅੰਸ ਨੂੰ ਆਪਾਂ ਮਲਾਣਾ ਨਹੀਂ ਹੁੰਦਾ ਨੂੰ ਕੋਈ ਗੱਲ ਨਹੀਂ ਤੇਨਾਂ ਫਿਰ ਤੇ ਆਪਾਂ ਉਸ ਤੋਂ ਬਾਅਦ ਅਗਲੀ ਗੱਲ ਕਰਦੇ ਆਂ ਤੇ ਐਨਸੀਐਸ ਦੇ 뮤직 ਸੁਣਨ ਦੀ ਪਰ ਉਸ ਤੋਂ ਬਾਲਾਂ ਇੱਕ ਵਾਰ ਮੈਂ ਤੁਹਾਨੂੰ 360 ਡਿਗਰੀ ਜ਼ਰੂਰ ਇੱਕ ਵਾਰੀ ਵਾਕ ਆਊਟ ਵਾਕਰਾਊਂਡ ਦਊਂਗਾ ਸਭ ਤੋਂ ਅਟਰੈਕਟਿਵ ਚੀਜ਼ ਜਿਹੜੀ ਟਰੈਕਟਰ ਦੇ ਵਿੱਚ ਸੀਗੀ ਉਹ ਸੀਗੀ ਬੰਪਰ ਮੈਨੂੰ ਲੱਗਾ ਬਹੁਤ ਹੀ ਅਮੇਜ਼ਿੰਗ ਉਸ ਤੋਂ ਬਾਅਦ ਮੈਂ ਚੱਲਦਾ ਟਾਇਰਾਂ ਵੱਲ ਜਿਹੜੇ ਅਲਾਈਂਸ ਦੇ ਟਾਇਰ ਪਾਏ ਆ 1016 ਦੇ ਟਾਇਰ ਐਲਟੀਨੇਟਰ 90 ਐਂਪੀਅਰ ਦਾ ਪਿਛ ਤਾਂ ਨੂੰ ਮੈਂ ਸਾਈਜ਼ ਦੱਸ ਚੁੱਕਾ ਵਾਂ ਉਸ ਤੋਂ ਬਾਅਦ ਦੇਖ ਸਕਦੇ ਹੋ ਤੁਸੀਂ ਡਾਊਨ ਸਿਲਿੰਗ ਫਰੰਟ ਤੇ ਬਾਹਰ ਲਾਈਟ ਚਾਰ ਪਾਈਨੀਅਰ ਦੇ ਓਵਲ ਚਾਰ ਸਬੂਫਰ ਚੈਂਪੀਅਨ ਸੀਰੀਜ਼ ਫਰੰਟ ਸਾਈਡ ਤੇ ਲੱਗੇ ਆ ਦੋ ਲੱਗੇ ਆ ਬੈਕ ਸਾਈਡ ਤੇ ਛੇ ਸਬੂਫਰ ਹੋ ਗਏ ਬੱਬੂ ਮਾਨ ਜੀ ਦੇ ਫੈਨ ਆ ਭਾਜੀ ਦੇਖ ਸਕਦੇ ਹੋ ਤੁਸੀਂ ਗਿਲਕਾਰ ਰੋੜੀ ਉਹ ਤੋਂ ਟਰੈਕਟਰ ਤਿਆਰ ਹੋਇਆ ਤੇ ਸਬੂ ਜਿਹੜੇ ਐਂਪ ਲੱਗੇ ਆ ਸ਼ਿਕਾਗੋ 1 2 ਤੇ 3 ਸ਼ਿਕਾਗੋ ਦੇ ਨਾਲ ਇੱਕ 4 ਚੈਨਲ ਬਹੁਤ ਹੀ ਅਮੇਜ਼ਿੰਗ ਕੰਮ ਹੋਇਆ ਹੈ ਸਾਰਾ ਕੰਮ ਪੂਰਾ ਟਪ ਟਿਪ ਟੌਪ ਤੇ ਮਜ਼ੇਦਾਰ ਕੰਮ ਹੋਇਆ ਮਜ਼ਾ ਆ ਗਿਆ ਟਰੈਕਟਰ ਦੇਖ ਕੇ ਤੇ ਯਾਰ ਤੁਸੀਂ ਵੀ ਦਿਖਿਓ ਕਿੱਦਾਂ ਦਾ ਲੱਗਾ ਤੁਹਾਨੂੰ ਤੇ ਜ਼ਰੂਰ ਕਮੈਂਟ ਕਰਕੇ ਦੱਸਿਓ ਉਮੀਦ ਕਰੂੰਗਾ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਹੁਣ ਸੁਣਦੇ ਆਪਾਂ ਐਨਸੀਐਸ ਦਾ ਮਿਊਜ਼ਿਕ ਜਾਂਦੇ ਜਾਂਦੇ ਤੁਸੀਂ ਐਨਸੀਐਸ ਦਾ ਮਿਊਜ਼ਿਕ ਇੰਜੋਏ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਾ ਕਿਉਂਕਿ ਵੀਡੀਓ ਐ ਸਿਰਫ ਤੁਹਾਡੇ ਲਈ ਪੰਜਾਬੀ ਗਾਣੇ ਸੁਣਨ ਨੂੰ ਮਿਲੇਗਾ ਤੁਹਾਨੂੰ ਸਾਡੀ ਇੰਸਟਾਗ੍ਰam ਆਈਡੀ ਤੇ ਮੋਡੀਫਾਈਡ ਅੰਡਰਸਕੋਰ ਕਲਬ 2020 ਤੇ ਜ਼ਰੂਰ ਜਾ ਕੇ ਸੁਣੀਓ ਤੇ ਇੰਜੋਏ ਕਰਿਓ ਤੇ ਉ